ਫਿਰੋਜ਼ਪੁਰ ਦੇ ਵਿੱਚ ਰੋਟਰੀ ਕਲੱਬ, ਇਹ ਜਿਹੜੀਆਂ ਕਲੱਬਾਂ ਨੇ, ਲਾਇਨਸ ਕਲੱਬ, ਰੋਟਰੀ ਕਲੱਬ ਆਪਾਂ ਕਹਿੰਦੇ ਹਾਂ ਕਿਉਂਕਿ ਇਹ 'ਚ ਪੈਸਾ ਵੀ ਇਨਵੋਲਵ ਹੁੰਦਾ ਹੈ। ਚਲੋ ਇੰਟਰਨੈਸ਼ਨਲ ਲੈਵਲ ਦੀਆਂ ਕਲੱਬਾਂ ਨੇ, ਇਹ ਬੜਾ ਕੁਝ ਕਰਦੇ ਨੇ, ਲੇਕਿਨ ਥੋੜਾ ਬਹੁਤਾ ਕੰਮ ਵੀ ਕਰਦੇ ਨੇ। ਜਿਹੜੇ ਇਹ ਕੰਮ ਕਰਦੇ ਨੇ ਉਹਨਾਂ 'ਚ ਕਈ ਸਲੋਗਨ ਅੱਛੇ ਲੱਗਦੇ ਨੇ। ਮੈਂ ਤਾਂ ਬਹੁਤ ਪਹਿਲਾਂ ਇੱਕ ਲਿਖਿਆ ਸੀ, ਉਹ ਬੜਾ ਵਾਇਰਲ ਹੋਇਆ ਸੀ, ਕਿ ਜਿਹਦੇ 'ਚ ਮੈਂ ਕਿਹਾ ਸੀ ਕਿ ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ, ਤੇ ਉਸੇ ਤਰ੍ਹਾਂ ਹੁਣ ਇਹਨਾਂ ਨੇ ਇੱਕ ਸਲੋਗਨ ਦਿੱਤਾ ਹੈ ਕੱਲ੍ਹ, ਉਹ ਚੰਗਾ ਲੱਗਿਆ ਮੈਨੂੰ। ਇਹ ਕਹਿੰਦੇ ਨੇ, ਉਤਨਾ ਡਾਲੋ ਥਾਲੀ ਮੇਂ, ਵੇਸਟ ਨਾ ਜਾਏ ਨਾਲੀ ਮੇਂ। ਅਸਲ ਦੇ ਵਿੱਚ ਇਹ ਮਸਲੇ ਤੇ ਆਪਾਂ ਨੂੰ ਬਹੁਤ ਸੋਚਣ ਦੀ ਲੋੜ ਹੈ, ਵਿਆਹਾਂ ਦੇ ਵਿੱਚ ਖਾਸ ਤੌਰ ਤੇ। ਚਲੋ ਭੋਗਾਂ ਦੇ ਵਿੱਚ ਵੀ ਹੁੰਦਾ, ਲੇਕਿਨ ਵਿਆਹਾਂ ਤੇ ਹੋਰ ਸਮਾਗਮਾਂ ਦੇ ਵਿੱਚ ਲੋਕ ਜਦੋਂ ਖਾਣਾ ਖਾਂਦੇ ਨੇ ਨਾ, ਉਹ ਉਨਾ ਕੁ ਪਾਓ ਜਿੰਨਾ ਕੁ ਉਹਨਾਂ ਨੇ ਖਾਣਾ ਹੈ। ਬਹੁਤ ਦੇਖਿਆ ਹੈ, ਕਿਉਂਕਿ ਉੱਥੇ ਮੁਫਤ ਦਾ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਤਾਂ ਖਾਣ ਵੇਲੇ ਸੋਚ ਲਓ ਢਿੱਡ ਤਾਂ ਤੁਹਾਡਾ ਨਾ, ਹਰ ਚੀਜ਼ ਹੀ ਉਹਨਾਂ ਨੇ ਕਈ ਵਾਰੀ ਤਾਂ ਟਰਾਈ ਕਰਦੇ ਲੱਗੇ ਰਹਿੰਦੇ ਨੇ, ਅਗਲੇ 2-4 ਦਿਨ ਬਿਮਾਰ ਹੋਣਾ ਉਹਨਾਂ ਨੂੰ ਮਨਜ਼ੂਰ ਹੁੰਦਾ ਹੈ, ਲੇਕਿਨ ਵਿਆਹ 'ਚ ਉਹ ਬਹੁਤ ਕੁਛ ਹੈ ਕਰਦੇ ਨੇ। ਇੱਕ ਜੇ ਨਹੀਂ ਸਵਾਦ ਲੱਗਿਆ ਉੱਥੇ ਛੱਡ ਕੇ ਅੱਗੇ ਚਲੇ ਜਾਂਦੇ ਨੇ। ਇਹ ਭਾਈ ਸੋਚ ਲਿਆ ਕਰੋ, ਸਾਡੇ ਲੱਖਾਂ ਲੋਕ ਭੁੱਖੇ ਸੌਂਦੇ ਨੇ, ਉਹਨਾਂ ਨੂੰ ਯਾਦ ਕਰ ਲਿਆ ਕਰੂਗਾ। ਇਹ ਜਿਹੜਾ ਕੰਮ ਹੈ, ਇਹਦੇ ਤੇ ਤਾਂ ਰਿਸਰਚ ਹੋਈ ਹੈ, ਬੰਗਲੌਰ ਦੇ ਦਾ ਮੈਂ ਡਾਟਾ ਦੇਖ ਰਿਹਾ ਸੀ, ਬਾਕੀ ਸ਼ਹਿਰਾਂ 'ਚ ਵੀ ਹੋ ਗਿਆ। ਅਸੀਂ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦੇ ਰਹੇ ਕਿ ਅਸੀਂ ਕਿੰਨਾ ਖਾਣਾ ਵੇਸਟ ਕਰਦੇ ਹਾਂ, ਤੇ ਇਹ ਵੀ ਦੇਖਣ ਵਾਲੀ ਗੱਲ ਹੈ। ਜਿਹੜੀ 2-2.5 ਹਜ਼ਾਰ ਅਸੀਂ ਲੋਕਾਂ ਨੂੰ ਦਿਖਾਉਣਾ ਕੀ ਚਾਹੁੰਦੇ ਹਾਂ, ਵਿਆਹ 'ਚ ਆਪਣਾ ਰੋਹਬ ਕੀ ਪਾਉਣਾ ਚਾਹੁੰਦੇ ਹਾਂ, ਜੇ ਪਲੇਟ 2.5 ਹਜ਼ਾਰ ਦੀ ਇੰਨੇ ਦੀ ਹੈ, ਉਹ ਭਾਈ ਇਹ ਕਿਸੇ ਦੇ ਮੂੰਹ 'ਚ ਜਾ ਸਕਦਾ ਸੀ ਜਿਹੜਾ ਤੁਸੀਂ ਛੱਡਦੇ ਹੋ? ਇਹ ਖਾਣਾ ਮੈਂ ਸਮਝਦਾ, ਜਿਹੜੇ ਲੱਖਾਂ ਕਰੋੜਾਂ ਭੁੱਖੇ ਸੌਂਦੇ ਨੇ ਸਾਡੇ ਦੇਸ਼ 'ਚ, ਜਦੋਂ ਵੀ ਹੁਣ ਤੁਸੀਂ ਵਿਆਹ 'ਚ ਜਾਓ ਉਹਨਾਂ ਦਾ ਜ਼ਰੂਰ ਖਿਆਲ ਰੱਖਿਓ। ਮਤਲਬ ਆਪਣੀਆਂ ਪਲੇਟਾਂ ਜਿਵੇਂ ਭਰਦੇ ਹੋਣ, ਇਹ ਲੱਗਦਾ ਜਿਵੇਂ ਮੁੜ ਕੇ ਖਾਣਾ ਹੀ ਨਹੀਂ ਮਿਲਣਾ, ਆਪਦੀ ਭੁੱਖ ਨਾ ਦਿਖਾਇਆ ਕਰੋ ਉਹਨਾਂ ਲੋਕਾਂ ਨੂੰ। ਸਾਰਿਆਂ ਨੂੰ ਕਹਿਣਾ ਮਾਫ ਕਰਨਾ ਮੈਂ, ਲੇਕਿਨ ਮੈਨੂੰ ਇਹ ਚੰਗਾ ਲੱਗਿਆ, ਰੋਟਰੀ ਕਲੱਬ ਫਿਰੋਜ਼ਪੁਰ ਦਾ, ਉਤਨਾ ਡਾਲੋ ਥਾਲੀ ਮੇਂ, ਵੇਸਟ ਨਾ ਜਾਏ ਨਾ।